84 ਸਿੱਖ ਨਸਲ ਖੁਸ਼ੀ ਨੂੰ ਲੈ ਕੇ ਅਕਾਲੀ ਦਲ ਨੇ ਕੀਤਾ ਪੰਜਾਬ ਭਰ ਚ ਮੁਜ਼ਾਰਾ। ਟਾਈਟਲਰ ਦੇ ਸਮਰਥਨ ਵਿੱਚ ਇੱਕੋ ਵਾਰ ਮੁੜ ਤੋਂ ਨਿਤਰੇ ਕੈਪਟਨ, ਕਿਹਾ ਨਸਲ ਖੁਸ਼ੀ ਮਾਮਲੇ ਵਿੱਚ ਟਾਈਟਲਰ ਨੂੰ ਸਿਆਸੀ ਸਾਜ਼ਿਸ਼ ਦੇ ਤਹਿਤ ਫਸਾਇਆ ਗਿਆ। ਸਰਬੱਤ ਖਾਲਸਾ ਦਾ ਮੁੱਦਾ ਪਹੁੰਚਿਆ ਹਾਈਕੋਰਟ। ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦਾਇਰ ਕੀਤੀ ਪਟੀਸ਼ਨ। ਤਲਵੰਡੀ ਸਾਬੋ ਵਿਖੇ 10 ਨਵੰਬਰ ਨੂੰ ਸਰਬੱਤ ਖਾਲਸਾ ਕਰਾਏ ਜਾਣ ਦੀ ਮੰਗੀ। ਇਜਾਜ਼ਤ, 2 ਤੋਂ 3 ਦਿਨਾਂ ਚ ਹੋਵੇਗੀ ਸੁਣਵਾਈ। ਐਸਵੇਲ ਦੇ ਮੁੱਦੇ ਤੇ ਮੁੜ ਪੱਕੀ ਸਿਆਸਤ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਐਸਵੇਲ ਮੁੱਦੇ ਤੇ ਕਿਸੇ ਵੀ ਕੁਰਬਾਨੀ ਦੇਣ ਦੇ ਐਲਾਨ ਤੋਂ ਬਾਅਦ ਕੈਪਟਨ ਨੇ ਵੀ ਕਿਹਾ, ਅਦਾਲਤ ਦਾ ਕਰਦੇ ਹਾਂ ਸਤਿਕਾਰ ਪਰ ਪੰਜਾਬ ਵਿਰੋਧੀ ਫੈਸਲਾ ਨਹੀਂ ਹੋਵੇਗਾ ਮਨਜ਼ੂਰ। ਹਰਿਆਣਾ ਚ ਵੀ ਪੱਕੀ ਸਿਆਸਤ। ਅਭੈ ਚੌਟਾਲਾ ਨੇ ਕਿਹਾ, ਹਰਿਆਣਾ ਨਹੀਂ ਦਿੰਦਾ ਪੰਜਾਬ ਨੂੰ ਐਸਵੇਲ ਤੇ ਕਰੜਾ ਜਵਾਬ। ਮੁੱਖ ਮੰਤਰੀ ਮਨੋਹਰ ਲਾਲ ਬੋਲੇ, ਅਦਾਲਤ ਵਿੱਚ ਇਹ ਮਾਮਲਾ ਸਭ ਨੂੰ ਮੰਨਣਾ ਹੋਵੇਗਾ ਜ਼ਰੂਰੀ। ਕੈਪਟਨ ਨੇ ਇੱਕ ਵਾਰ ਮੁੜ ਤੋਂ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਪਾਰਟੀ ਦੇ ਵਿੱਚ ਸੱਦਾ, ਪਰ ਕਿਹਾ ਬਿਨਾਂ ਸ਼ਰਤ ਆਉਣ। ਸਿੱਧੂ ਅੱਜ ਅਕਾਲੀ ਦਲ ਨੂੰ ਛੱਡ ਕੇ ਕਈ ਆਗੂ ਕਾਂਗਰਸ ਦੇ ਵਿੱਚ ਹੋਏ ਸ਼ਾਮਲ। ਪੰਜਾਬ ਪੁਲਿਸ ਦੀ ਭਰਤੀ ਦਿੱਤੀ। ਅਕਤੂਬਰ ਨੂੰ ਐਲਾਨੇ ਗਏ ਨਤੀਜਿਆਂ ਨੂੰ ਪੰਜਾਬ ਹਰਿਆਣਾ ਹਾਈਕੋਰਟ 'ਚ ਦਿੱਤੀ ਗਈ ਚੁਣੌਤੀ। 12ਵੀਂ ਕਲਾਸ ਦੇ ਨੰਬਰਾਂ ਦੇ ਆਧਾਰ ਤੇ ਦਿੱਤੇ ਗਏ ਨੰਬਰਾਂ ਨੂੰ ਲੈ ਕੇ ਜਿਤਾਇਆ ਗਿਆ ਇਤਰਾਜ਼। ਪਟੀਸ਼ਨ 'ਚ ਕਿਹਾ ਗਿਆ ਕਿ 12ਵੀਂ ਦੇ ਨੰਬਰਾਂ ਕਰਕੇ ਮੈਰਿਟ ਲਿਸਟ ਹੋਈ ਹੈ ਪ੍ਰਭਾਵਿਤ। ਵਨ ਰੈਂਕ ਵਨ ਪੈਨਸ਼ਨ ਨੂੰ ਲੈ ਕੇ ਖੁਦਕੁਸ਼ੀ ਕਰਨ ਵਾਲੇ ਸਾਬਕਾ ਫੌਜੀ ਰਾਮ ਕ੍ਰਿਸ਼ਨ ਦਾ ਭਿਵਾਨੀ ਦੇ ਪਿੰਡ ਮਾਮਲਾ ਦੇ ਵਿੱਚ ਕੀਤਾ ਗਿਆ ਅੰਤਮ ਸੰਸਕਾਰ। ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਸਣੇ ਕਈ ਸਿਆਸਤਦਾਨਾਂ ਦਾ ਲੱਗਿਆ ਜਮਾਵੜਾ। ਦਿੱਲੀ ਸਰਕਾਰ ਨੇ ਪਰਿਵਾਰ ਲਈ 1 ਕਰੋੜ ਦੀ ਮਾਲੀ ਮਦਦ ਦਾ ਕੀਤਾ ਐਲਾਨ। ਮਨਮੀਤ ਅਲੀ ਸ਼ੇਰ ਦੀ ਮ੍ਰਿਤਕ ਦੇ ਪਹੁੰਚੀ ਭਾਰਤ। 9 ਸਾਲ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਮਨਮੀਤ ਅਲੀ ਸ਼ੇਰ ਦਾ ਬ੍ਰਿਸਬਨ ਦੇ ਵਿੱਚ ਜ਼ਿੰਦਾ ਸਾੜ ਕੇ ਕੀਤਾ ਗਿਆ ਸੀ ਕਤਲ। ਅਮਰੀਕਾ ਚ ਹੋਟਲ ਕਾਰੋਬਾਰੀ ਸੰਤ ਸਿੰਘ ਛਟਵਾਲ ਨਿਸਰੇ ਹਿਲੇਰੀ ਕਲਿੰਟਨ ਦੀ ਹਮਾਇਤ ਦੇ ਵਿੱਚ। ਕਿਹਾ, ਹਿਲੇਰੀ ਤੋਂ ਜ਼ਿਆਦਾ ਕੋਈ ਭਾਰਤੀਆਂ ਦੇ ਨੇੜੇ ਨਹੀਂ। ਹਿਲੇਰੀ ਦੇ ਲਈ ਅਮਰੀਕਾ ਚ ਵਸੇ ਭਾਰਤੀਆਂ ਤੋਂ ਮੰਗਿਆ ਸਮਰਥਨ। 8 ਨਵੰਬਰ ਨੂੰ ਅਮਰੀਕਾ ਚ ਰਾਸ਼ਟਰਪਤੀ ਚੋਣਾਂ। ਪੰਜਾਬ ਤੇ ਹਰਿਆਣਾ ਵਿੱਚ ਧੂੰਆਂ ਬਣ ਰਿਹਾ ਹਾਦਸਿਆਂ ਦੀ ਵਜ੍ਹਾ। ਧੂੰਏ ਦੇ ਬੱਦਲਾਂ ਨੇ ਰੋਕੀ ਰਫ਼ਤਾਰ। ਜੀਂਦ ਵਿੱਚ ਸੜਕ ਕੰਢੇ ਖੜੇ ਟਰੱਕ ਨਾਲ ਟਕਰਾਈ ਕਾਰ, ਹਾਦਸੇ 4 ਲੋਕਾਂ ਦੀ ਮੌਤ।